ਸ਼ਤਿਸ਼੍ਰੀ ਅਕਾਲ ਜੀ ਮੈਂ ਪ੍ਰਵੀਨ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਜੌਬ ਗਰੂਪ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਚੋਣ ਜਾਬਤੇ ਬਾਰੇ ਕਈ ਬੱਚਿਆਂ ਦੇ ਮੈਸੇਜ ਵੀ ਆਏ ਇੰਸਟਾ ਤੇ ਵੀ ਮੈਸੇਜ ਆ ਰਹੇ ਸੀ ਜੀ ਵੀ ਕਈ ਬੱਚੇ ਕਹਿ ਰਹੇ ਤੇ ਵੀ ਚੋਣ ਜਾਬਤਾ ਹੁੰਦਾ ਕੀ ਹੈ ਕਈ ਬੱਚਾ ਨੂੰ ਇਹ ਹੀ ਨਹੀਂ ਪਤਾ ਵੀ ਚੋਣ ਜਾਬਤਾ ਹੁੰਦਾ ਕੀ ਹੈ ਜੀ ਇਹ ਖਾਸ ਵੀਡੀਓ ਉਹਨਾਂ ਵਾਸਤੇ ਹੈ ਤੇ ਬਾਕੀ ਤੁਹਾਨੂੰ ਇਹ ਵੀ ਗੱਲ ਕਰਾਂਗੇ ਜੀ ਆਪਾਂ ਜਿਹੜਾ ਪੰਜਾਬ ਪੁਲਿਸ ਕਾਂਸਟੇਬਲ ਹੈ ਵੀ ਉਹਦੀ ਭਰਤੀ ਹੈ ਜਿਹੜੀ ਉਹ ਤੇ ਚੋਣ ਜਾਬਤੇ ਦਾ ਅਸਰ ਹੋ ਸਕਦਾ ਤੇ ਜਿਹੜੀ ਬਾਕੀ ਭਾਰਤੀਆਂ ਨੇ ਜੀ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਵੀ ਇਹ ਸਿਰੇ ਚੜਨਗੀਆਂ ਜਾਂ ਨਹੀਂ ਉਸ ਤੋਂ ਪਹਿਲਾਂ ਇੱਕ ਗੁਜਾਰਸ਼ ਹੈ ਆਪਣੇ ਚੈਨਲ ਨੂੰ ਜਿਹੜੇ ਬੱਚਿਆਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਰਿਕਵੈਸਟ ਹੈ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਉਸ ਤੋਂ ਬਾਅਦ ਬੈਲ ਆਈਕਨ ਜ਼ਰੂਰ ਔਨ ਕਰ ਲੈਣ ਤਾਂ ਜੋ ਨਵੀਂ-ਨਵੀਂ ਵੀਡੀਓ ਆਪਣੀ ਜਿਹੜੀਆਂ ਆਉਂਦੀਆਂ ਨੇ ਉਹ ਨਾਲ ਦੇ ਨਾਲ ਸਮੇਂ ਤੇ ਪਹਿਲਾਂ ਹੀ ਉਹਨਾਂ ਲੱਭੇ ਪਹੁੰਚਦੀ ਰਹੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂ ਜੀ ਚੋਣ ਜਾਬਤੇ ਦੀ ਵੀ ਜਿਹੜਾ ਚੋਣ ਜਾਬਤਾ ਹੁੰਦਾ ਕੀ ਹੈ ਦੇਖੋ ਚੋਣ ਜਾਬਤਾ ਹੁੰਦਾ ਹੈ ਜਦੋਂ ਵੀ ਚੋਣਾ ਹੁੰਦੀਆਂ ਨੇ ਚੋਣਾ ਤੋਂ ਪਹਿਲਾਂ ਜਿਹੜੀ ਸਰਕਾਰ ਬਣੀ ਹੁੰਦੀ ਹੈ ਜੀ ਠੀਕ ਹੈ ਜੀ ਚੋਣਾ ਤੋਂ ਪਹਿਲਾਂ ਦੀ ਸਰਕਾਰ ਉਹਦੋਂ ਮਤਲਬ ਚੋਣ ਜਾਬਤਾ ਜਦੋਂ ਲੱਗ ਜਾਂਦਾ ਹੈ ਚੋਣ ਜਾਬਤਾ ਲੱਗਦਾ ਜੀ 2 ਤੋਂ 3 ਮਹੀਨੇ ਪਹਿਲਾਂ ਮਤਲਬ 2-3 ਮਹੀਨੇ ਪਹਿਲਾਂ ਲੱਗ ਜਾਂਦਾ ਜੀ ਜਿਵੇਂ ਹੁਣ ਆਪਣੀਆਂ ਮਾਰਚ ਸ਼ਾਇਦ ਮਾਰਚ ਦੇ ਵਿੱਚ ਹੋਣ ਵਾਲੀਆਂ ਨੇ ਜੀ ਚੋਣਾ ਠੀਕ ਹੈ ਜੀ ਤੀਜੇ ਮਹੀਨੇ ਦੇ ਵਿੱਚ ਨੇ ਹੁਣ ਤੁਸੀਂ 2-3 ਮਹੀਨੇ ਤੁਸੀਂ ਐ ਲੈ ਲਓ ਵੀ ਜਨਵਰੀ ਜਾਂ ਜਨਵਰੀ ਦੇ ਪਹਿਲੇ ਹਫਤੇ ਹੋ ਸਕਦਾ ਹੈ ਜਾਂ ਜਨਵਰੀ ਦੇ ਵਿੱਚ ਵੀ ਹੋ ਸਕਦਾ ਹੈ ਜਾਂ ਉਸ ਤੋਂ ਮਤਲਬ ਪਹਿਲਾਂ ਦਸੰਬਰ ਦੇ ਲਾਸਟ ਵਿੱਚ ਵੀ ਹੋ ਸਕਦਾ ਵੀ ਇਹ ਜਿਹੜਾ ਚੋਣ ਜਾਬਤਾ ਲੱਗ ਜੇ ਹੁਣ ਚੋਣ ਜਾਬਤਾ ਲੱਗਣ ਦਾ ਅਸਰ ਕੀ ਹੁੰਦਾ ਵੀ ਚੋਣ ਜਾਬਤਾ ਹੁੰਦਾ ਹੈ ਵੀ ਜੇ ਬਾਈ ਚਾਂਸ ਚੋਣ ਜਾਬਤਾ ਜਦੋਂ ਵੀ ਲੱਗ ਗਿਆ ਵੀ ਜਿਹੜੀ ਡੇਟ ਨੂੰ ਉਸ ਤੋਂ ਬਾਅਦ ਜਿਹੜੀ ਪੁਰਾਣੀ ਸਰਕਾਰ ਹੈ ਜੀ ਉਹ ਕੋਈ ਵੀ ਨਵੀਂ ਭਰਤੀ ਕੋਈ ਵੀ ਨਵਾਂ ਮਤਲਬ ਕਿ ਕੰਮ ਨਹੀਂ ਕਰ ਸਕਦੀ ਜਿਵੇਂ ਭਰਤੀ ਨਹੀਂ ਕਰ ਸਕਦੀ ਹੋਰ ਬਹੁਤ ਸਾਰੇ ਕੰਟਰੈਕਟ ਹੁੰਦੇ ਨੇ ਉਹ ਨਹੀਂ ਕਰ ਸਕਦੇ ਠੀਕ ਹੈ ਜੀ ਮਤਲਬ ਨਵੇਂ ਕੰਮ ਨਹੀਂ ਕਰ ਸਕਦੇ ਠੀਕ ਹੈ ਜੀ ਵੀ ਨਵੀਂ ਭਰਤੀ ਕੋਈ ਵੀ ਅਨਾਉਂਸ ਨਹੀਂ ਕਰ ਸਕਦੇ ਕਿਸੇ ਵੀ ਤਰ੍ਹਾਂ ਦੀ ਤੇ ਉਸ ਤੋਂ ਬਾਅਦ ਜਿਹੜੀਆਂ ਪੁਰਾਣੀਆਂ ਭਰਤੀਆਂ ਨੇ ਜੀ ਉਹ 100% ਉਹਨਾਂ ਦੇ ਹੱਥਾਂ ਦੇ ਵਿੱਚ ਹੁੰਦਾ ਹੈ ਵੀ ਜਿਹੜਾ ਪੁਰਾਣੀਆਂ ਭਰਤੀਆਂ ਨੇ ਵੀ ਉਹਨਾਂ ਨੂੰ ਸਿਰੇ ਚਾੜਨਾ ਜਾਂ ਨਹੀਂ ਠੀਕ ਹੈ ਮਤਲਬ ਮੇਨ ਗੱਲ ਇਹੀ ਹੈ ਵੀ ਜਿਹੜੀ ਇਹਨਾਂ ਦੀ ਹੈ ਮਤਲਬ ਪੁਰਾਣੀ ਸਰਕਾਰ ਦੀ ਮਰਜ਼ੀ ਹੈ ਵੀ ਜਿਹੜੀ ਪੁਰਾਣੀਆਂ ਭਰਤੀਆਂ ਨੇ ਉਹ ਉਹਨਾਂ ਨੂੰ ਸਿਰੇ ਚਾੜ ਸਕਦੀ ਹੈ ਜੀ ਤੇ ਹੁਣ ਜਿਹੜੀ ਮੇਨ ਗੱਲ ਆ ਗਈ ਆਪਣੀ ਜਿਹੜੀ ਕਾਂਸਟੇਬਲ ਦੀ ਵੀ ਜਿਹੜੀ ਕਾਂਸਟੇਬਲ ਦੀ ਹੈ ਇਹ ਤੇ ਕੀ ਅਸਰ ਪਵੇਗਾ ਦੇਖੋ ਇਹਦਾ ਅੱਧ ਤੋਂ ਵੱਧ ਕੰਮ ਮਤਲਬ ਫਾਈਨਲ ਹੋ ਹੀ ਚੁੱਕਿਆ ਕਿਉਂਕਿ ਆਪਾਂ ਨੂੰ ਪਤਾ ਜੀ ਰਿਟਨ ਪੇਪਰ ਤੋਂ ਬਾਅਦ ਤੁਹਾਨੂੰ ਪਤਾ ਸਾਰਾ ਕੁਝ ਹੋ ਚੁੱਕਿਆ ਠੀਕ ਹੈ ਜੀ ਹੁਣ ਆਪਣਾ ਫਿਜ਼ੀਕਲ ਵੀ ਚੱਲ ਰਹੇ ਨੇ ਇਹ ਵੀ ਸ਼ਾਇਦ ਨਿਬੜੇ ਜਾਣ ਹੁਣ ਥੋੜੀ ਚਿਰ ਰਹਿ ਗਿਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਮਤਲਬ ਫਾਈਨਲ ਹੋਏ ਜਾਣਗੇ ਇਹ ਫਿਜ਼ੀਕਲ ਉਸ ਤੋਂ ਬਾਅਦ ਹੈ ਜਿਹੜਾ ਇਹਦੇ ਮਤਲਬ ਫਾਈਨਲ ਮੈਰਿਟ ਲਿਸਟ ਕੱਢਣਗੇ ਇਹ ਠੀਕ ਹੈ ਜਿਦੇ ਵਿੱਚ ਕੁਝ ਬੱਚਿਆਂ ਨੂੰ ਸਿਲੈਕਟ ਕਰ ਲਣਗੇ ਦੇਖੋ ਆਪਾਂ ਨੂੰ ਸਭ ਨੂੰ ਪਤਾ ਜਿਹੜੇ ਅੱਧ ਤੋਂ ਵੱਧ ਮਤਲਬ 2500 ਮਤਲਬ 25000 ਦੇ ਕਰੀਬ ਮਤਲਬ 23000 ਦੇ ਕਰੀਬ ਇਹਨਾਂ ਨੇ ਬੱਚੇ ਬੁਲਾਏ ਗਏ ਸੀ ਵੀ ਜਿਹੜੀ ਆਪਣੀ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਹੈ ਜੀ ਇਹ ਤਾਂ ਤੁਸੀਂ ਸਮਝੋ 100% ਪੂਰੀ ਹੈ ਜੀ ਤੇ ਹੁਣ ਜਿਹੜੀਆਂ ਬਾਕੀਆਂ ਭਰਤੀਆਂ ਆ ਗਈ ਜੀ ਹੈੱਡ ਕਾਂਸਟੇਬਲ ਆਈ ਸਬ ਇੰਸਪੈਕਟਰ ਆ ਗਈ ਤੇ ਮੇਨ ਗੱਲ ਜਿਹੜੀ ਇਹਦੀ ਕੱਟ ਆਫ ਹੈ ਦੇਖੋ ਆਪਾਂ ਨੂੰ ਪੰਜਾਬ ਪੁਲਿਸ ਕਨਸਟੇਬਲ ਦੀ ਕੱਟ ਆਫ ਵੀ ਪਤਾ ਹੈ ਵੀ ਬਹੁਤ ਉੱਪਰ ਗਈ ਥੀ ਕਿਉਂ ਗਈ ਥੀ ਇਹਦਾ ਅਸਰ ਵੀ ਸਾਰਾ ਇੰਨਾ ਭਰਤੀਆਂ ਨਹੀਂ ਕਰਿਆ ਹੋਇਆ ਜੇ ਬਾਈ ਚਾਂਸ ਆਪਣੇ ਜਿਵੇਂ ਹੈੱਡ ਕਨਸਟੇਬਲ ਦੀ ਲਾ ਲਓ ਭਰਤੀ ਸਬ ਇੰਸਪੈਕਟਰ ਦੀ ਲਾ ਲਓ ਵਿੱਚ ਭਰਤੀਆਂ ਗ੍ਰੈਜੂਏਸ਼ਨ 베ਸ ਤੇ ᱛੀਆਂ ਜੀ ਬੀਏ 베ਸ ਤੇ ਠੀਕ ਹੈ ਗ੍ਰੈਜੂਏਸ਼ਨ ਹੋਗੀ ਕਿਉਂਕਿ ਜੇ ਉਹ ਪੂਰੀਆਂ ਹੋ ਜਾਂਦੀਆਂ ਕਿਉਂਕਿ ਜਿਹੜੇ ਹੁਸ਼ਿਆਰ ਬੱਚੇ ਨੇ ਉਹ ਸਾਰੇ ਮਤਲਬ ਇਹਦੇ ਵਿੱਚ ਆ ਜਾਂਦੇ ਹੈੱਡ ਕਨਸਟੇਬਲ ਪਰ ਹੁਣ ਉਹਨਾਂ ਨੇ ਜਿਹੜੇ ਸਭ ਨੂੰ ਪਤਾ ਹੀ ਆਪਣੇ 2-2 3-3 ਭਰਤੀਆਂ ਹਰੇਕ ਨੇ ਭਰੀਆਂ ਹੋਈਆਂ ਨੇ ਜੀ ਜਿਹਦੀ ਮਤਲਬ ਕੁਆਲੀਫਿਕੇਸ਼ਨ ਹੈਗੀ ਐ ਠੀਕ ਐ ਹੁਣ ਜਿਹਨੇ ਹੈੱਡ ਕਾਂਸਟੇਬਲ ਦਾ ਭਰਿਆ ਹੋਈ ਸੀ ਜਿਉਹਨੇ ਸਬ ਇਨਸਪੈਕਟਰ ਦਾ ਵੀ ਭਰਿਆ ਤੀ ਉਸ ਤੋਂ ਬਾਅਦ ਕਾਂਸਟੇਬਲ ਦਾ ਹੀ ਭਰਿਆ ਤੀ ਮਤਲਬ ਜਿਹੜੇ ਬੱਚੇ ਇਹਨਾਂ 'ਚ ਸਿਲੈਕਟ ਹੋਣੇ ਚਾਹੀਦੇ ਤੇ ਉਹ ਸਾਰੇ ਬੱਚੇ ਸਿਲੈਕਟ ਕਾਚ ਹੋ ਗਏ ਜੀ ਕਾਂਸਟੇਬਲ ਦੇ ਵਿੱਚ ਠੀਕ ਐ ਜੀ ਜਿਹੜੀ ਮੇਨ ਮੁੱਦੇ ਵਾਲੀ ਗੱਲ ਐ ਵੀ ਜਿਹੜੇ ਹੁਣ 22 ਚਾਂਸ ਜੇ ਸਰਕਾਰ ਇਹਨਾਂ ਨੂੰ ਕੰਪਲੀਟ ਕਰਾਉਂਦੀ ਐ ਅਸਲ ਤਾਂ ਕੰਪਲੀਟ ਕਰਾਉਣ ਦਾ ਦੇਖੋ ਚਾਂਸ ਹੈਗੇ ਨੇ ਆਈ ਨਹੀਂ ਹੈਗਾ ਆਪਾਂ ਦੇਖੋ ਸਾਥ ਨਹੀਂ ਸਾੜ ਕਿਉਂਕਿ ਮਤਲਬ 3-4 ਮਹੀਨੇ ਆਪਣੇ ਕੋਲ ਪਏ ਨੇ ਜੀ ਹਲੇ ਸਰਕਾਰ ਕੋਲ ਹੈਗੇ ਨੇ ਪਰ ਅੱਧ ਤੋਂ ਵੱਧ ਟਾਈਮ ਹੈ ਜਿਹੜੀ ਸਰਕਾਰ ਹੁਣ ਜਿਹੜੀ ਪ੍ਰਾਣੀ ਆਪਾਂ ਨੂੰ ਪਤਾ ਹੈ ਸਰਦਾਰ ਚੰ ਚਰਨਜੀਤ ਸਿੰਘ ਚੰਨੀ ਨੇ ਆਪਣੇ ਜਿਹੜੇ ਠੀਕ ਹੈ ਜੀ ਮੁੱਖ ਮੰਤਰੀ ਨੇ ਵੀ ਉਹਨਾਂ ਤੇ ਪੂਰਾ ਮਤਲਬ ਹੈਗਾ ਪ੍ਰਭਾਵ ਜਾਦੇ ਪ੍ਰਭਾਵ ਉਹਨਾਂ ਦਾ ਕਹਾਦਾ ਪੈ ਰਿਆ ਜੀ ਹੁਣ ਚੋਣਾਂ ਦਾ ਵੀ ਚੋਣਾਂ ਦੇ ਵਿੱਚ ਆਪਾਂ ਨੇ ਵੱਧ ਤੋਂ ਵੱਧ ਮਤਲਬ ਵੋਟਾਂ ਲੈਣੀਆਂ ਨੇ ਹੁਣ ਬੋਟਾਂ ਦੇ ਕਾਰਨ ਉਹ ਜਿਹੜੀਆਂ ਆਹ ਰਿਕੁਆਇਰਮੈਂਟ ਹੁੰਦੀਆਂ ਨੇ ਇਹਨਾਂ ਸਾਰਿਆਂ ਤੇ ਇਹ ਮਤਲਬ ਧਿਆਨ ਨਹੀਂ ਕਰਦੇ ਠੀਕ ਹੈ ਵੀ ਜਿਹੜੀਆਂ ਇਹ ਭਾਰਤੀਆਂ ਨੇ ਸ਼ਾਇਦ ਜੇ ਤਾਂ ਉਹਨਾਂ ਨੇ ਚਾਹਿਆ ਤਾਂ ਇਹ ਕੰਪਲੀਟ ਹੋ ਸਕਦੀਆਂ ਨੇ ਜੀ ਠੀਕ ਹੈ ਬਾਕੀ ਕਿਉਂਕਿ ਹਲੇ ਹੁਣ ਤੁਹਾਨੂੰ ਪਤਾ ਜਿਹੜਾ ਸਬ ਇਨਸਪੈਕਟਰ ਦਾ ਇਹ ਨਕਲ ਕਰਨ ਨੇ ਇਹਨਾਂ ਨੇ ਬਹੁਤ ਕੁਸ਼ ਕਰ ਦਿੱਤਾ ਵੀ ਨਕਲ ਵੱਜੀ ਤਾਂ ਕਰਕੇ ਕੈਨਸਲ ਕਰ ਦਿੱਤਾ ਪੇਪਰ ਪੇਪਰ ਹੁਣ ਪੇਪਰ ਹੋਣ ਚ ਵੀ ਟਾਈਮ ਲੱਗਦਾ ਜੀ ਫਿਰ ਲਿਸਟਾਂ ਬਣਨ ਦੇ ਵਿੱਚ ਵੀ ਟਾਈਮ ਲੱਗਦਾ ਟਾਈਮ ਬਹੁਤ ਮਤਲਬ ਕਿ ਬਹੁਤ ਲੱਗਦਾ ਆਪਾਂ ਨੂੰ ਸਭ ਨੂੰ ਪਤਾ ਚੋਣ ਜਾਬਤਾ ਤੁਹਾਨੂੰ ਸਮਝੇ ਲੱਗ ਚੁੱਕੀ ਐ ਵੀ ਚੋਣ ਜਾਬਤਾ ਕੀ ਹੁੰਦਾ ਕੀ ਐ ਚੋਣ ਜਾਬਤਾ ਇਹੀ ਹੁੰਦਾ ਬੱਚੇ ਉਹ ਵੀ ਜਿਹੜੀਆਂ ਚੋਣਾਂ ਨੇ ਚੋਣਾਂ ਤੋਂ ਪਹਿਲਾਂ 2-3 ਮਹੀਨੇ ਪਹਿਲਾਂ ਵੀ ਜਿਹੜੀ ਸਰਕਾਰ ਐ 2-3 ਮਹੀਨੇ ਪਹਿਲਾਂ ਜਦੋਂ ਚੋਣ ਜਾਬਤਾ ਲੱਗ ਗਿਆ ਉਸ ਤੋਂ ਬਾਅਦ ਕੋਈ ਵੀ ਨਵੀਂ ਭਰਤੀ ਨਹੀਂ ਕਰ ਸਕਦੀ ਪੁਰਾਣੀਆਂ ਭਰਤੀਆਂ ਨੇ ਉਹਨਾਂ ਨੂੰ ਪੂਰਨ ਜ਼ਰੂਰ ਕਰ ਸਕਦੀ ਠੀਕ ਐ ਉਹਨਾਂ ਨੂੰ ਫੁੱਲ ਪੂਰੇ ਤੇ ਇੱਕ ਬੱਚੇ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਠੀਕ ਐ ਜੀ ਚਲੋ ਵੀ ਹੁਣ ਜਿਹੜੀਆਂ ਮੇਨ ਹੈੱਡ ਕਨਸਟੇਬਲ ਦੀਆਂ ਸ਼ਾਇਦ ਪੂਰੀਆਂ ਹੋ ਸਕਣ ਦੇਖੋ ਆਪਾਂ ਚਾਂਸ ਆਪਾਂ ਛੱਡਣਾ ਨਹੀਂ ਠੀਕ ਹੈ ਮਤਲਬ ਜਿਹੜੀ ਆਪਣੀ ਆਸ ਹੈ ਉਹ ਹੋਣੀ ਚਾਹੀਦੀ ਆਸ ਨਾਲੇ ਦੁਨੀਆ ਕਾਇਮ ਹੈ ਸ਼ਾਇਦ ਪੂਰੀ ਹੋ ਸਕੇ ਬਾਕੀ ਜ਼ੋਰ ਫੁੱਲ ਲਿਆਓ ਕਿਉਂਕਿ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹ ਬੱਚੇ ਜੇ ਇੰਨਾ ਗੱਲਾਂ ਤੇ ਪ੍ਰੋਟੈਸਟ ਕਰਨ ਠੀਕ ਹੈ ਵੀ ਜਿਹੜੇ ਧਰਨੇ ਲਗਾਏ ਜਾ ਰਹੇ ਨੇ ਵੀ ਬੱਚੇ ਉਹ ਵੀ ਤੁਸੀਂ ਇਧਰ ਫੋਕਸ ਕਰੋ ਵੀ ਇੰਨਾ ਪਰਤੇ ਨੂੰ ਪੂਰਾ ਕਰੋ ਸਬ ਇੰਸਪੈਕਟਰ ਆਪਾਂ ਨੂੰ ਸਭ ਨੂੰ ਪਤਾ ਪੰਜਾਬ ਪੁਲਿਸ ਕਨਸਟੇਬਲ ਜਿਹੜਾ ਟਾਈਮ ਆ ਬਹੁਤ ਜ਼ਿਆਦਾ ਲੰਘ ਚੁੱਕਿਆ ਹੁਣ ਹੱਲ ਹੋਣਾ ਦੇਖ ਹੁਣ ਜਿਹੜਾ ਹੁਣ ਕਾਂਸਟੇਬਲ ਦਾ ਤਾਂ ਹੋਇ ਰਿਹਾ ਜਿਹੜਾ ਹੱਲ ਉਹਨਾਂ ਨੇ ਜਿਹੜੀ ਜਿਹੜੀ ਮੰਗਾਂ ਤੇ ਆਪਣੇ ਉਹ ਸਾਰੀਆਂ ਪੂਰੀਆਂ ਵੀ ਕਰ ਦਿੱਤੀਆਂ ਉਹਨਾਂ ਨੇ ਵੀ ਜਿਵੇਂ ਸਾਰੇ ਬੱਚਿਆਂ ਨੇ ਕਿਹਾ ਸੀ ਵੀ ਨਾਰਮਲਾਈਜੇਸ਼ਨ ਹੋ ਕੇ ਮਾਰਕਸ ਉਹ ਵੀ ਦੱਸ ਤੇ A to Z ਬੱਚਿਆਂ ਦੇ ਵੀ ਮਾਰਕਸ ਦੱਸ ਤੇ ਆਪਾਂ ਨੂੰ ਪਤਾ ਕੁਝ ਕਮੀਆਂ ਨੇ ਤੇ ਬਾਕੀ ਜੇ ਕਿਸੇ ਬੱਚੇ ਨੇ ਵੀਡੀਓ ਦੇਖਣੀ ਹੈ ਜੇ ਤਾਂ ਉਹ ਪਿੱਛੇ ਜਾ ਕੇ ਦੇਖ ਸਕਦਾ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲਿੰਕ ਦਿੱਤਾ ਗਿਆ ਵੀਡੀਓ ਦਾ ਉੱਥੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਜੀ ਤੇ ਬਾਕੀ ਜਿਹੜੀ ਮੇਨ ਗੱਲ ਆ ਗਈ ਜੀ ਹੁਣ ਕੌਨਸਟੇਬਲ ਵਾਲੀ ਇਹ ਤਾਂ 100% ਸਿਰੇ ਚੜੇ ਜਾਊਗੀ ਜੀ ਠੀਕ ਹੈ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਤੇ ਜਿਹੜਾ ਪ੍ਰੋਟੈਸਟ ਹੈ ਮਤਲਬ ਜਿਹੜਾ ਧਰਨੇ ਲੱਗ ਰਹੇ ਨੇ ਉਹ ਧਰਨਿਆਂ ਦੇ ਵਿੱਚ ਸਹੀ ਰੁਖ ਲੈ ਕੇ ਜਾਣ ਦੀ ਲੋੜ ਆਪਾਂ ਨੂੰ ਵੀ ਜਿਹੜੇ ਧਰਨੇ ਨੇ ਉਹ ਇੰਨਾ ਪੋਸਟਾਂ ਜਿਵੇਂ ਹੈੱਡ ਕੌਨਸਟੇਬਲ ਸਬ ਇਨਸਪੈਕਟਰ ਇੰਟੈਲੀਜੈਂਸ ਅਸਿਸਟੈਂਟ ਮਤਲਬ ਇਹ ਜਿਹੀਆਂ ਪੋਸਟਾਂ ਨੇ ਜੀ ਜਿਹੜੀਆਂ ਉਹਨਾਂ ਨੂੰ ਮਤਲਬ ਸਹੀ ਤਰੀਕੇ ਨਾਲ ਸੈੱਟ ਕਰਨ ਦੀ ਲੋੜ ਹੈ ਵੀ ਮੇਨ ਗੱਲ ਤੁਸੀਂ ਇਹਨਾਂ ਪੋਸਟਾਂ ਦੇ ਧਿਆਨ ਦੇਵੋ ਵੀ ਜਿਹੜੀਆਂ ਇਹ ਪੋਸਟਾਂ ਨੇ ਇਹਨਾਂ ਨੂੰ ਪੂਰਾ ਕਰੋ ਠੀਕ ਹੈ ਜੀ ਵੀ ਜਿਵੇਂ ਹੁਣ ਆਪਾਂ ਨੂੰ ਬਹੁਤ ਬੱਚੇ ਗੁੰਮਰਾਹ ਹੋ ਰਹੇ ਨੇ ਇੱਕ ਤਰੀਕੇ ਨਾਲ ਕਿਉਂਕਿ ਇੱਕ ਦੂਜੇ ਦੇ ਪਿੱਛੇ ਲੱਗ ਰਹੇ ਨੇ ਉਹ ਵਿੱਚ ਜਿਹੜੇ ਮਤਲਬ ਸ਼ਰਾਰਤੀ ਹੁੰਦੇ ਨੇ ਠੀਕ ਹੈ ਵੀ ਉਹ ਸਹੀ ਪਾਸੇ ਲਿਜਾਣੇ ਨਹੀਂ ਦਿੰਦੇ ਗੱਲਾਂ ਨੂੰ ਵੀ ਮਤਲਬ ਗਾਪ ਪਾਉਣ ਦੇ ਮਾਰੇ ਬਸ ਉਹੀ ਾਲਤੂ ਫालतੂ ਗੱਲਾਂ ਦੇ ਵਿੱਚ ਲਾਈ ਰੱਖਦੇ ਨੇ ਉਹ ਵੀ ਮੇਨ ਗੱਲ ਤੁਸੀਂ ਜਿਹੜੀਆਂ ਪ੍ਰੋਟੈਸਟ ਹੈ ਦਰਨਾ ਹੈ ਉਹ ਇਹ ਸਾਂ ਗੱਲਾਂ ਨੂੰ ਲਾਓ ਬਿਜਲੀ ਸਬ ਇੰਸਪੈਕਟਰ ਦੀ ਆ ਭਾਰਤੀ ਨੂੰ ਜਲਦੀ ਤੋਂ ਜਲਦੀ ਪੇਪਰ ਲਵੋ ਵੀ ਜਲਦੀ ਤੋਂ ਜਲਦੀ ਉਹਨੂੰ ਕੰਪਲੀਟ ਕਰਵਾਓ ਠੀਕ ਹੈ ਤੇ ਬਾਕੀ ਹੋਰ ਵੀ ਤੁਹਾਡੇ ਮਨ ਦੇ ਵਿੱਚ ਕਈ ਕੁਐਸਚਨ ਆ ਜਾਂਦੇ ਨੇ ਤਾਂ ਸਾਨੂੰ ਕਮੈਂਟ ਜ਼ਰੂਰ ਕਰਦਿਆ ਕਰੋ ਅਸੀਂ ਰਿਪਲਾਈ ਜ਼ਰੂਰ ਕਰਾਂਗੇ ਤੇ ਬਾਕੀ ਜੀ ਜਾਣ ਲਾ ਕੇ ਤਿਆਰੀ ਜ਼ਰੂਰ ਕਰੋ ਕਿਉਂਕਿ ਹੋਰ ਬਹੁਤ ਪੋਸਟਾਂ ਆ ਰਹੀਆਂ ਨੇ ਇੱਕ ਮਨਰੇਗਾ ਦੇ ਵਿੱਚ ਨਿਕਲੀ ਐ ਉਹ ਵੀ ਤੁਹਾਨੂੰ ਦੱਸਾਂਗੇ ਇੱਕ ਸਟਾਫ ਨਰਸ ਦੇ ਵਿੱਚ ਵੀ ਨਿਕਲੀ ਹੋਈ ਐ ਉਹ ਵੀ ਤੁਸੀਂ ਵੀਡੀਓ ਦੇਖ ਸਕਦੇ ਹੋ ਆਪਣੀ ਵੀਡੀਓ ਪਾ ਦਿੱਤੀਆਂ ਗਈਆਂ ਨੇ ਚੈੱਕ ਕਰ ਲੈਣੀ ਹੈ ਵੀਡੀਓ ਸਟਾਫ ਨਰਸ ਦੀਆਂ ਹੋਰ ਵੀ ਪੋਸਟਾਂ ਨੇ ਠੀਕ ਹੈ ਬਹੁਤ ਪੋਸਟਾਂ ਬਾਬਾ ਫਰੀਦ ਯੂਨੀਵਰਸਿਟੀ ਨੇ ਤਾਂ ਕੱਢੀਆਂ ਕੱਢੀਆਂ ਨੇ ਹੋਰ ਵੀ ਪੋਸਟਾਂ ਬੜੀਆਂ ਨਿਕਲ ਰਹੀਆਂ ਹਨ ਤੇ ਬਾਕੀ ਮਨਰੇਗਾ ਦੇ ਵਿੱਚ ਨਿਕਲੀ ਹੋਈ ਹੈ ਠੀਕ ਹੈ ਆਪਣੇ ਨਰੇਗਾ ਚੱਲਦੀ ਹੈ ਤੇ ਬਹੁਤ ਬਹੁਤ ਧੰਨਵਾਦ ਤੇ ਸਬਸਕ੍ਰਾਈਬ ਜਰੂਰ ਕਰ ਲੈ ਆਪਣੇ ਚੈਨਲ ਨੂੰ ਜੀ